ਅੱਗ ਲੱਗਣ ਤੋਂ ਬਾਅਦ ਧੂੰਏ ਦੇ ਗੁਬਾਰ। ਦਰਅਸਲ ਦੋ ਘਰਾਂ ਨੂੰ ਇੱਥੇ ਭਿਆਨਕ ਅੱਗ ਲੱਗੀ ਹੈ, ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਭਿਆਨਕ ਅੱਗ ਦੇ ਨਾਲ ਘਰਾਂ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ, ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋਇਆ ਹੈ। ਤਿੰਨ ਪਸ਼ੂ ਦੁਧਾਰੂ ਪਸ਼ੂ ਸਨ ਜੋ ਇਸ ਅੱਗ ਦੀ ਲਪੇਟ ਵਿੱਚ ਆਏ ਨੇ। ਜਾਣਕਾਰੀ ਮੁਤਾਬਿਕ ਇੱਕ ਛੋਟੇ ਬੱਚੇ ਦੀ ਵੀ ਇਸ ਅੱਗ ਦੇ ਨਾਲ ਮੌਤ ਹੋਈ ਹੈ। ਪਰਿਵਾਰ ਦੇ ਵੱਲੋਂ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਗਈ। ਮਾਮਲੇ ਦੀ ਜਾਣਕਾਰੀ ਮਿਲਦੇ ਸਾਰ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਤੇ ਪਹੁੰਚੀਆਂ ਜੋ ਅੱਗ ਬੁਝਾਉਣ ਦੇ ਵਿੱਚ ਜੁਟ ਗਈਆਂ। ਜਦੋਂ ਤੱਕ ਅੱਗ ਬੁਝੀ ਉਦੋਂ ਤੱਕ ਦੋ ਘਰ ਬੁਰੀ ਤਰ੍ਹਾਂ ਸੜ ਗਏ ਸੀ। ਇਹ ਤਸਵੀਰਾਂ ਹਰਿਆਣਾ ਦੇ ਨੂੰਹ ਤੋਂ ਸਾਹਮਣੇ ਆਈਆਂ ਨੇ। ਚਾਰੇ ਪਾਸੇ ਧੂੰਏ ਦੇ ਗੁਬਾਰ ਅਸਮਾਨੀ ਚੜ੍ਹੇ ਨੇ। ਘਰਾਂ ਦੇ ਵਿੱਚ ਰੱਖਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਮਾਲਕਾਂ ਦੀਆਂ ਅੱਖਾਂ ਦੇ ਮੂਹਰੇ ਉਹਨਾਂ ਦੇ ਘਰ ਅੱਗ ਦੀ ਲਪੇਟ ਵਿੱਚ ਆਏ ਨੇ। ਨਾਮੋ ਨਿਸ਼ਾਨ ਉਹਨਾਂ ਦਾ ਖਤਮ ਹੋ ਗਿਆ। ਤਿੰਨ ਪਸ਼ੂਆਂ ਦੀ ਮੌਤ ਹੋਈ ਹੈ ਜਿਉਂਦੇ ਹੀ ਇਸ ਅੱਗ ਦੇ ਵਿੱਚ ਸੜ ਗਏ ਨੇ। ਜਾਣਕਾਰੀ ਮੁਤਾਬਿਕ ਇੱਕ ਬੱਚਾ ਵੀ ਇਸ ਅੱਗ ਦੀ ਲਪੇਟ ਵਿੱਚ ਆਇਆ ਹੈ। ਇਹ ਦੋ ਘਰ ਨਾਲ ਨਾਲ ਸੀ ਜੋ ਅੱਗ ਦੀ ਲਪੇਟ ਵਿੱਚ ਆਏ ਨੇ। ਘਰ ਦੇ ਵਿੱਚ ਬੈਠੇ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਅੱਗ ਕਿਹੜੇ ਕਾਰਨਾਂ ਦੇ ਕਰਕੇ ਲੱਗੀ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਤਾਂ ਦੱਸ ਦਈਏ ਕਿ ਹਰਿਆਣਾ ਦੇ ਨੂੰਹ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੜਕੰਪ ਮੱਚਿਆ ਹੋਇਆ। ਲੋਕਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਆਪਣੇ ਪੱਧਰ 'ਤੇ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਜਿਨ੍ਹਾਂ ਨੇ ਕੜੀ ਮੁਸ਼ਕਤ ਬਾਅਦ ਇਸ ਅੱਗ 'ਤੇ ਕਾਬੂ ਪਾਇਆ। ਪਰ ਉਦੋਂ ਤੱਕ ਘਰਾਂ ਦੇ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਸੀ। ਅੱਗ ਲੱਗਣ ਤੋਂ ਬਾਅਦ ਧੂੰਏ ਦੇ ਗੁਬਾਰ। ਦਰਅਸਲ ਦੋ ਘਰਾਂ ਨੂੰ ਇੱਥੇ ਭਿਆਨਕ ਅੱਗ ਲੱਗੀ ਹੈ, ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਭਿਆਨਕ ਅੱਗ ਦੇ ਨਾਲ ਘਰਾਂ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ, ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋਇਆ ਹੈ। ਤਿੰਨ ਪਸ਼ੂ ਦੁਧਾਰੂ ਪਸ਼ੂ ਸਨ ਜੋ ਇਸ ਅੱਗ ਦੀ ਲਪੇਟ ਵਿੱਚ ਆਏ ਨੇ। ਜਾਣਕਾਰੀ ਮੁਤਾਬਿਕ ਇੱਕ ਛੋਟੇ ਬੱਚੇ ਦੀ ਵੀ ਇਸ ਅੱਗ ਦੇ ਨਾਲ ਮੌਤ ਹੋਈ ਹੈ। ਪਰਿਵਾਰ ਦੇ ਵੱਲੋਂ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਗਈ। ਮਾਮਲੇ ਦੀ ਜਾਣਕਾਰੀ ਮਿਲਦੇ ਸਾਰ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਤੇ ਪਹੁੰਚੀਆਂ ਜੋ ਅੱਗ ਬੁਝਾਉਣ ਦੇ ਵਿੱਚ ਜੁਟ ਗਈਆਂ। ਜਦੋਂ ਤੱਕ ਅੱਗ ਬੁਝੀ ਉਦੋਂ ਤੱਕ ਦੋ ਘਰ ਬੁਰੀ ਤਰ੍ਹਾਂ ਸੜ ਗਏ ਸੀ। ਇਹ ਤਸਵੀਰਾਂ ਹਰਿਆਣਾ ਦੇ ਨੂੰਹ ਤੋਂ ਸਾਹਮਣੇ ਆਈਆਂ ਨੇ। ਚਾਰੇ ਪਾਸੇ ਧੂੰਏ ਦੇ ਗੁਬਾਰ ਅਸਮਾਨੀ ਚੜ੍ਹੇ ਨੇ। ਘਰਾਂ ਦੇ ਵਿੱਚ ਰੱਖਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਮਾਲਕਾਂ ਦੀਆਂ ਅੱਖਾਂ ਦੇ ਮੂਹਰੇ ਉਹਨਾਂ ਦੇ ਘਰ ਅੱਗ ਦੀ ਲਪੇਟ ਵਿੱਚ ਆਏ ਨੇ। ਨਾਮੋ ਨਿਸ਼ਾਨ ਉਹਨਾਂ ਦਾ ਖਤਮ ਹੋ ਗਿਆ। ਤਿੰਨ ਪਸ਼ੂਆਂ ਦੀ ਮੌਤ ਹੋਈ ਹੈ ਜਿਉਂਦੇ ਹੀ ਇਸ ਅੱਗ ਦੇ ਵਿੱਚ ਸੜ ਗਏ ਨੇ। ਜਾਣਕਾਰੀ ਮੁਤਾਬਿਕ ਇੱਕ ਬੱਚਾ ਵੀ ਇਸ ਅੱਗ ਦੀ ਲਪੇਟ ਵਿੱਚ ਆਇਆ ਹੈ। ਇਹ ਦੋ ਘਰ ਨਾਲ ਨਾਲ ਸੀ ਜੋ ਅੱਗ ਦੀ ਲਪੇਟ ਵਿੱਚ ਆਏ ਨੇ। ਘਰ ਦੇ ਵਿੱਚ ਬੈਠੇ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਅੱਗ ਕਿਹੜੇ ਕਾਰਨਾਂ ਦੇ ਕਰਕੇ ਲੱਗੀ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਤਾਂ ਦੱਸ ਦਈਏ ਕਿ ਹਰਿਆਣਾ ਦੇ ਨੂੰਹ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੜਕੰਪ ਮੱਚਿਆ ਹੋਇਆ। ਲੋਕਾਂ ਦੇ ਵੱਲੋਂ
ਅੱਗ ਨੂੰ ਬੁਝਾਉਣ ਦੀ ਆਪਣੇ ਪੱਧਰ ਤੇ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨ੍ਹਾਂ ਨੇ ਕੜੀ ਮੁਸ਼ਕਤ ਬਾਅਦ ਇਸ ਅੱਗ ਤੇ ਕਾਬੂ ਪਾਇਆ। ਪਰ ਉਦੋਂ ਤੱਕ ਘਰਾਂ ਦੇ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਸੀ।